ਵਿਆਹ ਦੇ ਨਾਂ ਤੇ ਠੱਗੀਆਂ ਮਾਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਦਿਆਂ ਪੁਲਿਸ ਨੇ ਦੋ ਔਰਤਾਂ ਸਣੇ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਗਰੋਹ ਦੇ 2 ਮੈਂਬਰਾਂ ਦੀ ਭਾਲ ਜਾਰੀ ਹੈ। ਇਹ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਅਮਨੀਤ ਕੌਂਡਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸੱਦੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਤੀ। ਜ਼ਿਲ੍ਹਾ ਪੁਲਿਸ ਮੁਖੀ ਅਮਨੀਤ ਕੌਂਡਲ ਨੇ ਦੱਸਿਆ ਕਿ ਬੀਤੇ ਦਿਨੀ ਹਰਪ੍ਰੀਤ ਸਿੰਘ ਫਾਸੀ ਪਿੰਡ ਝਾਂਪੁਰ ਦੇ ਬਿਆਨਾਂ ਦੇ ਆਧਾਰ ਤੇ ਨਕਲੀ ਵਿਆਹ ਕਰਵਾ ਕੇ ਠੱਗੀ ਮਾਰਨ ਦੇ ਦੋਸ਼ ਹੇਠ ਥਾਣਾ ਬਡਾਲੀ ਆਲਾ ਸਿੰਘ ਵਿਖੇ 3 ਔਰਤਾਂ ਸਮੇਤ 7 ਜਾਣਿਆਂ ਖਿਲਾਫ ਕੇਸ ਦਰਜ ਕੀਤਾ ਗਿਆ ਸੀ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਮੁਲਜ਼ਮ ਵਿਆਹ ਕਰਵਾਉਣ ਦੇ ਨਾਂ ਤੇ ਮੁੰਡੇ ਵਾਲਿਆਂ ਤੋਂ ਪੈਸੇ ਲੈਂਦੇ ਸਨ। ਵਿਆਹ ਤੋਂ ਬਾਅਦ ਕਿਸੇ ਨਾ ਕਿਸੇ ਬਹਾਨੇ ਉਹ ਕੁੜੀ ਨੂੰ ਲੈ ਜਾਂਦੇ ਸਨ ਅਤੇ ਤਲਾਕ ਜਾਂ ਜਬਰ ਜਨਾਹ ਸੰਬੰਧੀ ਕੇਸ ਦਰਜ ਕਰਵਾਉਣ ਦੀ ਧਮਕੀ ਦੇ ਕੇ ਹੋਰ ਪੈਸੇ ਹੜੱਪ ਲੈਂਦੇ ਸਨ। ਉਪਰੰਤ ਪੰਚਾਇਤੀ ਰਾਜ਼ੀਨਾਮਾ ਵੀ ਕਰਵਾ ਦਿੰਦੇ ਸਨ, ਪਰ ਇਸ ਤੋਂ ਬਾਅਦ ਉਹ ਲੜਕੀ ਨੂੰ ਕਿਸੇ ਹੋਰ ਥਾਂ ਵਿਆਹ ਦਿੰਦੇ ਸਨ। ਗ੍ਰਿਫਤਾਰ ਕੀਤੇ ਮੁਲਜ਼ਮਾਂ ਨੇ ਮੁੱਢਲੀ ਪੁੱਛ ਪੜਤਾਲ ਦੌਰਾਨ ਦੱਸਿਆ ਕਿ ਉਹ ਕਾਫੀ ਲੰਬੇ ਸਮੇਂ ਤੋਂ ਇਹ ਸਭ ਕੁਝ ਕਰਦੇ ਆ ਰਹੇ ਨੇ ਤੇ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਨੂੰ ਵੱਖ ਵੱਖ ਜ਼ਿਲ੍ਹਿਆਂ ਅਤੇ ਸੂਬਿਆਂ ਤੋਂ ਲਿਆ ਕੇ ਨਕਲੀ ਵਿਆਹ ਕਰਵਾ ਲੋਕਾਂ ਨਾਲ ਠੱਗੀਆਂ ਮਾਰਦੇ ਨੇ। ਜੀ ਮਾਮਲਾ ਪਿੰਡ PS ਬਡਾਲੀ ਵਾਲਾ ਸਿੰਘ ਦਾ, ਜਿੱਥੇ DSP ਬੱਸੀ ਪਠਾਨਾ ਸੁਖਮਿੰਦਰ ਸਿੰਘ ਚੌਹਾਨ ਅਤੇ SHO ਬਡਾਲੀ ਵਾਲਾ ਸਿੰਘ ਅਮਰਦੀਪ ਸਿੰਘ ਨੇ ਇੱਕ ਇਨਕੁਆਇਰੀ ਕੀਤੀ ਹੈ। ਉੱਥੇ ਉਹਨਾਂ ਨੂੰ ਇੱਕ ਲੜਕਾ ਪੇਸ਼ ਹੋਇਆ ਸੀ ਕਿ ਸਾਡੇ ਨਾਲ ਵਿਆਹ ਦਾ ਝਾਂਸਾ ਦੇ ਕੇ ਠੱਗੀ ਵੱਜੀ ਹੈ। ਉਹਨਾਂ ਨੂੰ 5-6 ਬੰਦੇ ਟਰੇਸ ਹੋਏ ਆ, ਜੋ ਉਹਨਾਂ ਦਾ ਮੋਡਸ ਓਪਰੈਂਡੀ ਹੈ। ਉਹ ਪਿੰਡਾਂ ਦੇ ਭੋਲੇ ਲੋਕਾਂ ਨੂੰ, ਜਿਹੜੇ ਜ਼ਿਆਦਾ ਐਕਸਪੋਜ਼ ਨਹੀਂ ਹੁੰਦੇ, ਉਹਨਾਂ ਕੋਲ ਕੋਈ ਫੈਮਿਲੀ ਦਿਖਾਉਂਦੇ, ਕੁੜੀ ਦਿਖਾਉਂਦੇ ਕਿ ਤੁਸੀਂ, ਜਿੱਦਾਂ ਸਾਡੇ ਕੋਲ ਜਿਹੜਾ ਕੇਸ ਆਇਆ ਵੀ ਤੁਸੀਂ ਸਾਨੂੰ 60,000 ਰੁਪਏ ਦਿਓ ਅਤੇ ਇੱਕ ਲੜਕੀ, ਸੋਹਣੀ ਲੜਕੀ ਨਾਲ ਤੁਹਾਡੇ ਮੁੰਡੇ ਦਾ ਅਸੀਂ ਵਿਆਹ ਕਰਾ ਦਾਂਗੇ। ਅਤੇ ਮੌਕੇ 'ਤੇ ਦੇਖ ਦਿਖਾਈ ਵਾਲੇ ਦਿਨ ਹੀ ਉਹਦਾ ਵਿਆਹ ਕਰਾ ਦਿੰਦੇ ਅਤੇ ਕੁਛ ਦਿਨ ਜਦੋਂ ਮੁੰਡੇ ਵਾਲੀ ਸਾਈਡ ਥੋੜ੍ਹਾ ਬਹੁਤ ਫੰਕਸ਼ਨ ਕਰ ਲੈਂਦੀ ਹੈ, ਫਿਰ ਬਹਾਨਾ ਇਹ ਲਾਉਂਦੇ ਕਿ ਕੁੜੀ ਨੂੰ ਅਸੀਂ ਜੀ ਫਿਰ ਘਰ ਲੈ ਕੇ ਜਾਣਾ ਪੇਕੇ ਉਹਦਾ ਫੇਰਾ ਪਵਾਉਣ ਲਈ, ਅਤੇ ਮੁੜ ਕੇ ਉਹ ਵਾਪਸ ਹੀ ਨਹੀਂ ਭੇਜਦੇ ਕੁੜੀ ਨੂੰ। ਜਦੋਂ ਮੁੰਡੇ ਵਾਲੇ ਪੁੱਛਦੇ ਤਾਂ 2-3 ਦਿਨ ਲਾਰਾ ਲਾਉਂਦੇ ਰਹਿੰਦੇ। ਇਵੈਂਚੁਅਲੀ ਦੇ ਸਟਾਰਟ ਬਲੈਕਮੇਲਿੰਗ ਕਿ ਤੁਸੀਂ ਜੇ ਕੁੜੀ ਵਾਪਸ ਲੈਣੀ ਹੈ ਤਾਂ 50,000 ਰੁਪਏ ਦਿਓ, ਨਹੀਂ ਤਾਂ ਅਸੀਂ ਤੁਹਾਡੇ 'ਤੇ ਉਲਟਾ ਕੋਈ ਰੇਪ ਜਾਂ ਇੱਦਾਂ ਦਾ ਪਰਚਾ ਦਰਜ ਕਰਾ ਦੇਣਾ। ਇਸ ਤਰ੍ਹਾਂ ਇਹ ਬਲੈਕਮੇਲ ਕਰਕੇ ਫਾਈਨਲੀ ਮੁੰਡੇ ਵਾਲਿਆਂ ਤੋਂ ਪੈਸੇ ਹੋਰ ਲੈ ਲੈਂਦੇ ਸੈਟਲਮੈਂਟ ਕਰਨ ਲਈ, ਅਤੇ ਉਸਦੇ ਬਾਅਦ ਉਹੀ ਸੇਮ ਕੁੜੀ ਨੂੰ ਕਿਸੇ ਹੋਰ ਮੁੰਡੇ ਨਾਲ ਇਸੇ ਸਾਈਕਲ 'ਚ ਉਹਦਾ ਵਿਆਹ ਕਰਾ ਕੇ ਇੱਦਾਂ ਦੀ ਰੈਕਟ ਚਲਾਉਂਦੇ। ਸੋ ਇਹ ਟ੍ਰੈਫਿਕਿੰਗ ਵੀ ਕਰ ਰਹੇ, ਇਸ ਕਰਕੇ ਇਹਦੇ 'ਤੇ ਅਸੀਂ 420, 120 ਅਤੇ 370 IPC ਦਾ ਪਰਚਾ ਦਰਜ ਕੀਤਾ ਬਡਾਲੀ ਵਾਲਾ ਸਿੰਘ। ਅਤੇ ਇਹਨਾਂ ਤੋਂ ਫਿਲਹਾਲ ਸਾਡੇ 15,000 ਰੁਪਏ ਰਿਕਵਰ ਹੋਏ ਅਤੇ ਬਾਕੀ ਇਹਨਾਂ ਨੇ ਕਾਫੀ ਖਰਚ ਖੁਰਚ ਵੀ ਦਿੱਤੇ। ਅਤੇ ਇਹ ਵੀ ਪੁੱਛਗਿੱਛ 'ਚ ਪਤਾ ਲੱਗਿਆ ਅਤੇ ਕਿ ਇਹਨਾਂ ਦੇ 2-3 ਪਰਚੇ ਹੋਰ ਵੀ ਦਰਜ ਆ ਬਿਲਕੁਲ ਸਿਮਿਲਰ ਕੇਸਿਸ 'ਚ, ਜਿਹਦੀ ਡਿਟੇਲ ਅਸੀਂ ਹਾਲੇ ਲੈਣੀ ਹੈ। ਹੁਣ ਤੱਕ ਅਸੀਂ ਵੈਰੀਫਾਈ ਕਰਾਂਗੇ, ਐਗਜੈਕਟ ਨੰਬਰ ਤਾਂ ਨਹੀਂ ਪਤਾ, ਪਰ ਇਹਨਾਂ ਦਾ ਪੁਰਾਣਾ ਹੀ ਧੰਦਾ ਚੱਲ ਰਿਹਾ ਜੀ। ਇਹਨਾਂ ਦਾ ਇੱਥੋਂ ਡਿਊਰਿੰਗ ਇਨਵੈਸਟੀਗੇਸ਼ਨ ਪਤਾ ਚੱਲੇਗਾ ਕਿੱਦਾਂ ਇਹਨਾਂ ਨੇ ਗੈਂਗ ਬਣਾਈ ਹੈ। ਪਰ 2 ਬਜ਼ੁਰਗ 'ਚ ਲੇਡੀ, ਜਿਹੜੀ ਅਸੀਂ ਬਾਹਰ ਥੋੜ੍ਹੀ ਉਮਰ ਜ਼ਿਆਦਾ 60 ਸਾਲ ਦੀ ਅਤੇ 70 ਸਾਲ ਦੇ, ਇੱਕ ਐਲਡਰਲੀ ਕਪਲ ਵਿੱਚ ਹੋਏ ਤਾਂ ਥੋੜ੍ਹਾ ਉਹ ਕੀ ਕਹਿੰਦੇ ਔਥੈਂਟਿਕ ਹੋ ਜਾਂਦਾ ਨਾ ਕਿ ਗੱਲ ਜੈਨੂਇਨ ਲੱਗਦੀ ਹੈ ਕਿ ਬਜ਼ੁਰਗ ਇਨਵੋਲਡ ਹੈ ਤਾਂ ਠੀਕ ਹੀ ਹੋਣਗੇ। ਕੁੜੀ ਜੀ ਹਲੇ ਅਰੈਸਟ ਨਹੀਂ ਹੋਈ ਹੈ, ਉਹਦਾ ਨਾਂ ਕੁਲਦੀਪ ਕੌਰ ਹੈ। ਫਤਿਹਗੜ੍ਹ ਸਾਹਿਬ ਤੋਂ ਪੰਜਾਬੀ ਸਰਕਾਰੀ ਬਹਾਦਰ ਸਿੰਘ ਢਵਾਣਾ ਦੀ ਰਿਪੋਰਟ।